ਸਤਿ ਸ਼੍ਰੀ ਅਕਾਲ ਜੀ, DPC ਪੰਜਾਬੀ 'ਤੇ ਤੁਹਾਡਾ ਇੱਕ ਵਾਰੀ ਫਿਰ ਤੋਂ ਸਵਾਗਤ ਆ। ਅਤੇ ਤੁਸੀਂ ਦੇਖਦੇ ਪਏ ਹੋ ਮੇਰੇ ਨਾਲ ਅੱਜ ਦੀਆਂ ਇਹ ਤਸਵੀਰਾਂ ਤੁਹਾਨੂੰ ਲੈ ਕੇ ਆਏ ਹਾਂ ਜੀ ਅਚਲੇਸ਼ਵਰ ਧਾਮ, ਜਿੱਥੇ ਕਿ 9ਵੀਂ 10ਵੀਂ ਦਾ ਬਹੁਤ ਹੀ ਜ਼ਿਆਦਾ ਮੇਲਾ ਭਰਦਾ। ਤੁਹਾਨੂੰ ਦੱਸ ਦਈਏ ਕਿ ਸਾਂਝੀਵਾਲਤਾ ਦਾ ਇਹ ਮੇਲਾ ਜਿਹੜਾ ਆ 2 ਦਿਨ ਲਗਾਤਾਰ ਚੱਲਦਾ ਆ, 9ਵੀਂ ਅਤੇ 10ਵੀਂ। ਤੁਹਾਨੂੰ ਦੱਸ ਦਈਏ ਕਿ ਦੀਵਾਲੀ ਤੋਂ ਠੀਕ 9ਵੇਂ 10ਵੇਂ ਦਿਨ ਜਿਹੜਾ ਆ ਇਹ ਮੇਲਾ ਭਰ ਜਾਂਦਾ ਆ। ਅਤੇ ਦੂਰੋਂ ਦੂਰੋਂ ਜਿਹੜੀਆਂ ਸੰਗਤਾਂ ਇੱਥੇ ਦਰਸ਼ਨ ਕਰਨ ਦੇ ਲਈ ਪਹੁੰਚਦੀਆਂ ਨੇ, ਜਿਹਦੇ ਵਿੱਚ ਦੇਸ਼ਾਂ ਵਿਦੇਸ਼ਾਂ ਤੋਂ ਵੀ ਸੰਗਤਾਂ ਪਹੁੰਚਦੀਆਂ ਨੇ, ਲੋਕਲ ਬਟਾਲਾ ਤੋਂ ਵੀ ਪਹੁੰਚਦੀਆਂ ਨੇ, ਅਤੇ ਪੂਰੇ ਪੰਜਾਬ ਤੋਂ ਤਕਰੀਬਨ ਜਿਹੜੀਆਂ ਸੰਗਤਾਂ ਇੱਥੇ ਆ ਕੇ ਦਰਸ਼ਨ ਕਰਦੀਆਂ ਨੇ। ਅਤੇ ਬਹੁਤ ਸਾਰੇ ਲੋਕ ਆਪਣੀਆਂ ਸੁੱਖਣਾਵਾਂ ਜਿਹੜੀਆਂ ਨੇ ਕਰਦੇ ਨੇ ਇੱਥੇ। ਅਤੇ ਸੁੱਖਣਾ ਕਰਨ ਤੋਂ ਪਹਿਲਾਂ ਆਪਣੇ ਸਰੋਵਰ ਦੇ ਉੱਤੇ ਜਿਹੜਾ ਆ ਲੋਕ ਇਸ਼ਨਾਨ ਕਰਨ ਦੇ ਲਈ ਪਹੁੰਚਦੇ ਨੇ। ਪਰ ਇਸ ਵਾਰ ਜਿਹੜਾ ਆ ਬਹੁਤ ਹੀ ਇੱਕ ਮਾੜੀ ਘਟਨਾ ਜਿਹੜੀ ਇੱਥੇ ਦੇਖਣ ਨੂੰ ਮਿਲਦੀ ਪਈ ਹੈ ਕਿ ਤੁਹਾਨੂੰ ਦੱਸ ਦਈ ਕਿ ਇੱਥੇ ਬਿਲਕੁਲ ਸਰੋਵਰ ਦੇ ਵਿੱਚ ਜਿਹੜਾ ਆ ਹਜ਼ਾਰਾਂ ਦੀ ਤਦਾਦ ਦੇ ਵਿੱਚ ਜਿਹੜੀਆਂ ਮਰੀਆਂ ਹੋਈਆਂ ਮੱਸੀਆਂ ਕੱਢੀਆਂ ਜਾ ਰਹੀਆਂ, ਜਿਹਦੇ ਨਾਲ ਸਰੋਵਰ ਦੇ ਉੱਤੇ ਬਹੁਤ ਜ਼ਿਆਦਾ ਜਿਹੜੀ ਇਹ ਬਦਬੂ ਵੀ ਜਿਹੜੀ ਇਹ ਫੈਲ ਗਈ, ਜਿਹਦੇ ਨਾਲ ਸੰਗਤਾਂ ਜਿਹੜੀਆਂ ਨੇ ਬਹੁਤ ਜ਼ਿਆਦਾ ਆਹਤ ਹੋਈਆਂ ਨੇ। ਕਿਉਂਕਿ ਇਸ਼ਨਾਨ ਕਰਨ ਤੋਂ ਬਾਅਦ ਜਿਹੜਾ ਆ ਦਰਸ਼ਨ ਦਾ ਇੱਕ ਬਣਦਾ ਹੈ ਕਿ ਦਰਸ਼ਨ ਕੀਤੇ ਜਾਂਦੇ ਆ, ਇਸ਼ਨਾਨ ਕੀਤਾ ਜਾਂਦਾ ਆ। ਇਸ਼ਨਾਨ ਜਿਹੜਾ ਸਰੋਵਰ ਦੇ ਵਿੱਚ ਹੀ ਹੁੰਦੇ ਨੇ, ਲੋਕ ਦੂਰੋਂ ਦੂਰੋਂ ਇਹੀ ਸੁੱਖਣਾ ਕਰਕੇ ਆਉਂਦੇ ਵੀ ਇਸ਼ਨਾਨ ਕਰਾਂਗੇ। ਕਈਆਂ ਨੇ ਸੁੱਖਣਾ ਦੇ ਵਿੱਚ ਇਸ਼ਨਾਨ ਜਿਹੜੇ ਆ ਸੁੱਕੇ ਵੀ ਹੁੰਦੇ ਆ, ਪਰ ਉਹਨਾਂ ਦੇ ਵਾਸਤੇ ਜਿਹੜਾ ਆ ਇੱਥੇ ਬਹੁਤ ਹੀ ਜਿਹੜੀ ਉਹ ਮਾੜੀ ਘਟਨਾ ਹੋ ਗਈ ਕਿ ਮਸਲੀਆਂ ਜਿਹੜੀਆਂ ਮਰ ਗਈਆਂ। ਮਸਲੀਆਂ ਮਰਨ ਦਾ ਕਾਰਨ ਜਿਹੜਾ ਆ ਵੱਖ ਵੱਖ ਲੋਕਾਂ ਦੇ ਮੂੰਹੋਂ ਜਿਹੜਾ ਆ ਅਸੀਂ ਰਸਤੇ ਦੇ ਵਿੱਚ ਸੁਣਦੇ ਆ ਰਹੇ ਹਾਂ। ਕਿਸੇ ਨੇ ਕਹਿਤਾ ਵੀ ਦਵਾਈ ਪਾ ਦਿੱਤੀ, ਕਿਸੇ ਨੇ ਕਹਿਤਾ ਕਿ ਸ਼ਾਇਦ ਸਫਾਈ ਨਹੀਂ ਹੋਈ, ਸ਼ਾਇਦ ਕੋਈ ਮੱਸੀ ਮਰ ਗਈ ਉਹਨੂੰ ਖਾਣ ਤੋਂ ਬਾਅਦ ਬਾਕੀ ਮੱਸੀਆਂ ਜਿਹੜੀਆਂ ਆ ਇਸ ਤਰ੍ਹਾਂ ਹੋ ਗਈਆਂ। ਮਤਲਬ ਵੱਖ ਵੱਖ ਲੋਕਾਂ ਦੇ ਵਿਚਾਰ ਸਾਨੂੰ ਜਿਹੜੇ ਆ ਆਫ ਕੈਮਰਾ ਦੇਖਣ ਨੂੰ ਮਿਲੇ ਆ। ਇਸ ਟਾਈਮ ਅਸੀਂ ਸਰੋਵਰ ਦੇ ਉੱਤੇ ਹੀ ਹਾਂ, ਸਾਡੇ ਨਾਲ ਬਾਬਾ ਜੀ ਮੌਜੂਦ ਨੇ, ਸੇਵਾਦਾਰ ਨੇ, ਇੱਥੇ ਗੱਲਬਾਤ ਕਰ ਲੈਂਦੇ। ਬਾਬਾ ਜੀ ਕਿਵੇਂ ਦੇਖਦੇ ਹੋ ਸਾਰਾ? ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਫਤਿਹ। ਅਤੇ ਅਚਲ ਸਾਹਿਬ ਅੱਜ ਅਤੇ ਆਹ ਗੱਲ ਹੋਈ ਹੈ, ਤੁਹਾਡੇ 7 ਤਰੀਕ ਨੂੰ ਅਤੇ ਆਏ ਸੀ ਬਈਏ ਆਏ, ਅਤੇ ਉਹ ਇੱਥੇ ਚਲਾਉਣ ਲੱਗ ਗਏ ਬੰਬ ਚਲਾਉਣ ਲੱਗ ਗਏ, ਅਤੇ ਉਹਨਾਂ ਨੇ ਕੀਤਾ ਕੀ ਜੇ ਅਤੇ ਦਵਾਈ ਵਿੱਚ ਕੀ ਨਾਂ ਤੇਰਾ ਪਛਾਦ ਦੇ ਵਿੱਚ ਇਹਨਾਂ ਨੇ ਕਲੀ ਵਿੱਚ ਪਾ ਕੇ ਇਹਨਾਂ ਨੇ ਥੋੜ੍ਹ ਸਰੀ ਵਿੱਚ, ਅਤੇ ਪਾਪ ਵਾਲੀ ਗੱਲ ਵਾ, ਪਾਪ ਘੜ ਸਰਿਆ ਇੱਕ ਨਾਲ ਇਹਨਾਂ ਨੇ ਭਲੇ ਵਾਲੀ ਗੱਲ ਕਰਨੀ ਸੀ ਅਤੇ ਇਹਨਾਂ ਨੇ ਪਾਪ ਘੜ ਸਰਿਆ ਵਾ। ਹਾਂਜੀ, ਹੁਣ ਇੰਨੀ ਸੰਗਤ ਆਈ ਆ 9ਵੀਂ 10ਵੀਂ ਦਾ ਮੇਲਾ, ਅਤੇ ਕੱਲ੍ਹ ਇਹਨਾਂ ਨੇ ਬੰਦ ਕਰ ਸਰਿਆ ਸੀ ਸਾਰਾ ਹੀ। ਕੱਲ੍ਹ ਆਏ ਸੀ ਸਵੈਟਰ ਵੀ ਆਏ, ਸਾਰੇ ਆਏ ਸੀ ਕੱਲ੍ਹ ਸਾਰੇ ਸਵੈਟਰ ਆਏ ਸੀ, ਅਤੇ ਨਾਲ ਕੰਨ ਲੱਗ ਗਏ ਇੱਥੋਂ, ਨਾਲ ਪਾਣੀ ਮੁੜ ਕੱਢ ਕੇ ਖੜਿਆ, ਕਹਿੰਦੇ ਵੀ ਵਿੱਚ ਦਵਾਈ ਹੋਣੀ ਆ, ਅਤੇ ਮੁੜ ਕੇ ਚੈੱਕ ਕੀਤਾ, ਚੈੱਕ ਪਾਣੀ ਮੁੜ ਕੀਤਾ, ਅਤੇ ਉਹ ਤੋਂ ਬਾਅਦ ਆਣ ਕੇ ਕਹਿੰਦੇ ਨਹੀਂ ਵਿੱਚ ਕੋਈ ਚੀਜ਼ ਨਹੀਂ ਹੈਗੀ, ਕੋਈ ਚੀਜ਼ ਨਹੀਂ ਹੈਗੀ। ਮੁੜ ਕੇ ਜਿੰਦਰ ਮੁੜ ਕੇ ਖੋਲ੍ਹੇ ਅਤੇ ਜਿੰਦਰ ਖੋਲ੍ਹ ਕੇ ਮੁੜ ਕੇ ਕਿਹਾ, ਕਹਿੰਦੇ ਤੁਸੀਂ ਸ਼ਰਾਨ ਪੱਤਾ ਕਰਨ ਵਾਲੇ ਜੀ, ਹੁਣ ਵਿੱਚ ਕੋਈ ਚੀਜ਼ ਹੋਰ ਕੋਈ ਚੀਜ਼ ਨਹੀਂ, ਸੁੱਟੀ ਗਈ ਇਹ, ਸੁੱਟੇ ਵਿੱਚ ਕਲੀ ਪਈ ਆ, ਤਾਂ ਡੈਥ ਹੋ ਗਈ ਜੀ ਇਹਨਾਂ ਦੀ। ਅਤੇ ਆਪਾਂ ਨਾਲ ਇੱਕ ਭਲੇ ਵਾਲੀ ਗੱਲ ਕੀਤੀ, ਇਹਨਾਂ ਨੂੰ ਕਿਹਾ ਮੱਛੀ ਕੋਈ ਬਾਹਰ ਨਾ ਕਿਤੇ ਵੇਚਣ ਜਾਇਓ, ਇੱਥੇ ਟੋਏ ਮੁੜੇ ਪੁੱਟੋ ਅਤੇ ਟੋਏ ਦੇ ਵਿੱਚ ਸੁੱਟੋ, ਲੈ ਕੇ ਮੱਛੀ ਅਜੇ ਤੱਕ ਪੁੱਟਣ ਅਜੇ ਤੱਕ JCP ਨਾਲ ਪੁੱਟਣ ਡੇ ਅਤੇ ਵਿੱਚ ਸੁੱਟਣ ਡੇ ਮੱਛੀਆਂ, ਅਤੇ ਕੱਲ੍ਹ ਪਰਸੋਂ ਦੀਆਂ ਡੇ ਸੁੱਟਣ ਵਿੱਚ ਮੱਛੀ। ਬਾਬਾ ਕਿੰਨੀ ਕੁ ਮੱਛੀ ਹੁਣ ਤੱਕ ਮਰ ਚੁੱਕੀ ਲਗਭਗ? ਮੱਛੀ ਹੈਗੀ ਇਹ ਹੈਗੇ 50-60 ਮੱਛੀ ਹੈਗੀ ਹੈ। ਹਾਂਜੀ, ਇੰਨੀ ਕੁ ਮੱਛੀ ਹੈਗੀ, ਬੜੀ ਬੜੀ ਵੱਡੀ ਮੱਛੀ ਆ, 3-4 ਦਿਨ ਹੋ ਗਏ ਆ, ਬੜੀ ਬੜੀ ਮੱਛੀ ਆਈ, ਬੜੀ ਥੱਲੇ ਮੱਸੀ ਬਹੁਤ ਆ। ਜਿਵੇਂ ਬਾਬਾ ਜੀ ਕਹਿ ਰਿਹਾ ਵੀ ਉਹਨਾਂ ਨੇ ਰਿਪੋਰਟ ਦੇ ਦਿੱਤੀ ਵੀ ਪਾਣੀ ਸਾਫ਼ ਆ, ਪਰ ਲੋਕ ਡਰਦੇ ਮਾਰੇ ਇਸ਼ਨਾਨ ਹੀ ਨਹੀਂ ਕਰਦੇ ਪਏ, ਇਹ ਤਾਂ ਕਿਤੇ ਨਾ ਕਿਤੇ ਘਾਟਾ ਪਿਆ ਨਾ ਸੰਗਤ? ਹਾਂਜੀ, ਸਾਰਾ ਹੋ ਗਿਆ ਜੀ ਆਹ ਗੱਲ। ਅਤੇ ਹੁਣ ਬੱਚੇ ਨਿੱਕੇ ਨਿੱਕੇ ਬੱਚੇ ਪਾਏ ਸੀ ਵਿੱਚ ਲੈ ਕੇ,
ਬੜੀ ਭੜੇ ਵਾਲੀ ਗੱਲ ਕੀਤੀ, ਬੱਚੇ ਲੈ ਕੇ ਪਾਏ ਵਿੱਚ, ਕਿ ਬੜੇ ਬੜੇ ਵੱਡੇ ਹੋ ਗਏ, ਹੁਣ ਨਿੱਕੇ ਬੱਚੇ ਕਿਹੜੇ ਹੋਵੇ, ਉਹ ਵੀ ਵਿੱਚ ਉਹਨਾਂ ਦੀ ਡੈਥ ਹੋ ਗਈ ਵਿਚਾਰਿਆਂ ਦੀ, ਉਹ ਤਾਂ ਕਾਰ ਦੇ ਵਿੱਚ ਹੀ ਲਗਭਗ, ਹਾਂਜੀ ਸਾਰਿਆਂ ਦੀ ਵਿੱਚ ਹੋ ਗਈ, ਅਤੇ ਇਹਨਾਂ ਦੀ ਅਤੇ ਸਾਰਿਆਂ ਦੀ ਹੁਣ ਸੰਗਤ ਦੀ ਸਾਰਿਆਂ ਵਧਾਈ, ਲੱਖ ਲੱਖ ਵਧਾਈ ਹੋਵੇ ਇਹਨਾਂ ਦੀ, ਅਤੇ ਆਪਾਂ ਕਹਿੰਦੇ ਹਾਂ ਸਾਰਿਆਂ ਦੀ ਉਹਨਾਂ ਦੀ ਲੱਖ ਲੱਖ ਵਧਾਈ ਹੋਏ, ਆਣ ਕੇ ਸਨਾਨ ਮੁਣ ਕਰਨ ਦੀ ਕਿਰਪਾ ਕਰੋ, ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ। ਬਹੁਤ ਸਾਰੀਆਂ ਸਾਡੇ ਨਾਲ ਸੰਗਤਾਂ ਵੀ ਇੱਥੇ ਜੁੜੀਆਂ ਹੋਈਆਂ ਨੇ ਭਾਈ ਸਾਹਿਬ ਜੀ, ਭਾਈ ਜਿਵੇਂ ਮਾਹੌਲ ਬਣ ਗਿਆ 9ਵੀਂ 10ਵੀਂ ਦੇ ਮੇਲੇ 'ਤੇ ਕਦੀ ਵੀ ਇਸ ਤਰ੍ਹਾਂ ਮਤਲਬ ਹੋਇਆ ਨਹੀਂ, ਪਰ ਜਿੱਦਾਂ ਦਾ ਮਾਹੌਲ ਬਣ ਗਿਆ ਕੀ ਲੱਗਦਾ ਇਹੋ ਜਿਹੇ ਮਾਹੌਲ? ਮੈਨੂੰ ਘੱਟ ਤੋਂ ਘੱਟ 20-22 ਸਾਲ ਹੋ ਗਏ ਇੱਥੇ ਮੈਂ ਆਉਂਦਾ ਰਿਹਾ, ਪਰ ਮੈਂ ਪਹਿਲੀ ਵਾਰੀ ਭਾਈ ਇੰਨੀ ਮੱਛੀ ਵੇਖੀ ਮਰਦੇ, ਕਦੀ ਇੱਦਾਂ ਦਾ ਚਾਂਸ ਹੋਇਆ ਹੀ ਨਹੀਂ ਕਦੀ ਇੱਦਾਂ ਦਾ ਚਾਂਸ ਕਿ ਇੰਨੀ ਮੱਛੀ ਹੈ। 3-4 ਦਿਨ ਹੋ ਗਏ ਆ ਡੇਲੀ ਮੇਲੇ ਦੇ ਹਿਸਾਬ ਨਾਲ, ਰੋਜ਼ ਵੀ 7 ਰੇੜੀਆਂ 5 ਰੇੜੀਆਂ ਘਟਾਉਂਦੇ ਪਏ ਆ, ਘੱਟ ਤੋਂ ਘੱਟ 15 ਟੋਏ ਇਹਨਾਂ ਨੇ ਪੁੱਟ ਕੇ ਵਿੱਚ ਮੱਛੀ ਸੁੱਟੀ ਹੈ। ਇਹ ਤਾਂ ਇਹਨਾਂ ਦੀ ਜਾਂਚ ਹੋਣੀ ਚਾਹੀਦੀ ਹੈ ਕਿ ਹਾਂ ਕੀ ਹੋਇਆ ਕੀ ਆ ਚੀਜ਼, ਜਾਂ ਤਾਂ ਕਦੀ ਇੱਦਾਂ ਦੀ ਸਫਾਈ ਵੀ ਨਹੀਂ ਹੋਈ ਕਦੀ, ਇੱਥੇ ਕਦੀ ਨਹੀਂ ਸਫਾਈ ਹੋਈ ਇਹ ਤਲਾਅ ਦੀ, ਇਹ ਤਾਂ ਉਹਨਾਂ ਨੂੰ ਕਦੀ ਉਹਨਾਂ ਦਾ ਜਿਹੜਾ ਸੇਵਾ ਦਾ ਸ਼ਸ਼ਟੀ ਉਹਨੂੰ ਚਾਹੀਦਾ ਕਿ ਐਵੇਂ ਇੱਧਰ ਦਾ ਮੰਦਰ ਦਾ ਧਿਆਨ ਰੱਖੇ ਕੀ ਹੋਇਆ, ਕੋਈ ਕਿਸੇ ਨੂੰ ਕੁਛ ਨਹੀਂ ਪਤਾ, ਸਰ ਆਪਣੇ ਉਹ ਲੱਗੇ ਹੋਏ ਨੇ ਕਿ ਆਪਣਾ ਜੀ ਗੋਲਕ 'ਚ ਪੈਸੇ ਪਾਓ, ਗੋਲਕ 'ਚ ਪੈਸੇ ਪਾਓ, ਕੋਈ ਸਫਾਈ ਦਾ ਨਹੀਂ ਆ। ਹੁਣ ਦਰਬਾਰ ਸਾਹਿਬ ਜਾਂਦੇ ਹਾਂ ਉੱਥੇ ਕਿੰਨੀ ਸਫਾਈ ਹੈ, ਇੱਥੇ ਕੋਈ ਸਫਾਈ ਨਹੀਂ ਆਈ, ਕਦੀ ਕਦੀ ਅੱਜ ਤੱਕ 22 ਸਾਲ ਹੋ ਗਏ ਕਦੀ ਮੈਂ ਸਫਾਈ ਨਹੀਂ ਕਰਦੇ ਵੇਖਿਆ। ਤਕਰੀਬਨ ਕਹਿਣ ਦਾ ਭਾਵ ਇਹ ਵੀ ਪਾਣੀ ਜ਼ਿਆਦਾ ਗੰਦਾ ਹੋਣ ਕਰਕੇ ਗੰਦਾ ਆ, ਬਾਅਦ ਕਰਦੇ 2 ਸਾਲ ਬਾਅਦ ਵੀ ਬੰਦਾ ਰਲ ਕੇ ਸਫਾਈ ਸਫੂਈ ਦਾ ਕੰਮ ਕਰੇ, ਕੋਈ ਇੱਥੇ ਹੈ ਨਹੀਂ ਅਰੇਂਜਮੈਂਟ, ਕੋਈ ਕੁਛ ਨਹੀਂ ਆ ਬਸ ਜੀ। ਹੁਣ ਤਾਂ ਸਰ ਬਹੁਤ ਜ਼ਿਆਦਾ ਮੱਛੀਆਂ ਮਰਨ ਦੇ ਨਾਲ ਪਾਣੀ ਹੋਰ ਵੀ ਜ਼ਿਆਦਾ ਜਿਹੜਾ ਬਦਬੂ ਆ ਰਹੀ ਹੈ, ਸਾਰੇ ਕਮਰਿਆਂ 'ਚ ਜਾ ਕੇ ਬਹੁਤ ਜ਼ਿਆਦਾ ਆ ਰਹੀ ਹੈ, ਕੋਈ ਨਹੀਂ ਨਹਾ ਰਿਹਾ, ਸਭ ਵਾਸ ਜਾ ਰਹੇ ਨੇ ਜੀ। ਅੱਗੇ ਮੇਲਾ ਇੰਨਾ ਭੱਖਿਆ ਹੁੰਦਾ ਸੀ ਨਾ, ਹੁਣ ਮੇਲਾ ਵੀ ਬਹੁਤ ਫਰਕ ਪਿਆ ਕਿਉਂਕਿ ਸਾਰੀ ਜਗ੍ਹਾ 'ਤੇ ਖੱਪ ਪੈ ਗਈ ਹੋਈ ਹੈ, ਰੌਲਾ ਪਿਆ ਕਿ ਹਾਂ ਇਸ ਕਰਕੇ। ਕਹਿੰਦੇ ਨੇ ਵੀ 33 ਕਰੋੜ ਦੇਵੀ ਦੇਵਤਾ ਇੱਥੇ ਪਹੁੰਚਿਆ, ਪਰ ਅੱਜ ਲੱਗਦਾ ਨਹੀਂ ਵੀ 33 ਕਰੋੜ ਦੇ ਵਿੱਚੋਂ ਕਈ ਰੂਹਾਂ ਜਿਹੜੀਆਂ ਨੇ ਇੱਥੋਂ ਚੱਲ ਵਸੀਆਂ ਸਾਲ ਵਧੀਆਂ ਅੱਗੇ। ਅਸੀਂ ਇੰਨਾ ਅੱਜ ਪਹਿਲੀ ਵਾਰੀ ਦੇਖਦੇ ਪਏ ਕਿ ਇੰਨਾ ਮੇਲਾ ਘਟਿਆ, ਕਿਉਂ ਘਟਿਆ ਕਿ ਸਿਰਫ ਇੰਨਾ ਕਰਕੇ ਜਿਹੜੀ ਸਫਾਈ ਨਹੀਂ ਹੁੰਦੀ, ਵੀ ਇਹ ਸਫਾਈ ਦਾ ਕਾਰਨ ਹੈ ਸਾਰਾ ਜੀ, ਆਪ ਕਹਿੰਦੇ ਹਾਂ ਸਫਾਈ ਨਹੀਂ ਕਦੀ ਹੋਈ। ਤੁਸੀਂ ਦੇਖਦੇ ਪਏ ਜਿਵੇਂ ਕਿ ਅਸੀਂ ਪਹਿਲਾਂ ਵੀ ਤੁਹਾਨੂੰ ਦੱਸ ਚੁੱਕੇ ਹਾਂ ਕਿ ਬਹੁਤ ਸਾਰੇ ਲੋਕਾਂ ਦੇ ਜਿਹੜੇ ਆ ਨਾ ਵੱਖ ਵੱਖ ਵਿਊ ਨੇ, ਪਰ ਜਿਹੜੀ ਗੱਲ ਨਿਕਲ ਕੇ ਜ਼ਿਆਦਾ ਮੋਟੀ ਸਾਹਮਣੇ ਆਈ ਹੈ ਵੀ ਕਿਹਾ ਜਾ ਰਿਹਾ ਵੀ ਕਈ ਸਾਲਾਂ ਤੋਂ ਜਿਹੜੀ ਇਹ ਸਰੋਵਰ ਦੀ ਸਫਾਈ ਨਹੀਂ ਕੀਤੀ ਗਈ, ਜਿਹਦੇ ਕਰਕੇ ਸ਼ਾਇਦ ਮੱਛੀਆਂ ਜਿਹੜੀਆਂ ਨੇ ਉਹ ਮਰ ਗਈਆਂ, ਕਿਉਂਕਿ ਦਵਾਈ ਪਾਉਣ ਨਾਲ ਮਰ ਗਈਆਂ ਜਾਂ ਕਿਸ ਤਰ੍ਹਾਂ ਮਰ ਗਈਆਂ ਪੂਰੀ ਅਜੇ ਜਿਹੜੀ ਪੁਖਤਾ ਗੱਲਬਾਤ ਸਾਹਮਣੇ ਤਾਂ ਨਹੀਂ ਆਈ, ਪਰ ਵਿਚਾਰ ਜਿਹੜੇ ਨੇ ਪਬਲਿਕ ਦੇ ਵਿਚਾਰ ਨੇ ਜਾਂ ਜਿਹੜੇ ਸੇਵਾਦਾਰਾਂ ਦੇ ਵਿਚਾਰ ਨੇ ਉਹਦੇ ਮੁਤਾਬਕ ਇਹੀ ਹੈ ਕਿ ਪਾਣੀ ਵੀ ਗੰਦਲਾ ਹੋ ਚੁੱਕਾ ਆ, ਜਿਹਦੀ ਸਫਾਈ ਜਿਹੜੀ ਟਾਈਮ ਟੂ ਟਾਈਮ ਕਰਦੇ ਰਹਿਣਾ ਚਾਹੀਦਾ ਜੀ। ਸਾਡੇ ਨਾਲ ਹੋਰ ਵੀ ਸੰਗਤਾਂ ਨੇ, ਬਾਬਾ ਜੀ ਮੌਜੂਦ ਹੈ। ਬਾਬਾ ਕਿੱਥੋਂ ਆਏ ਹੋ? ਮੈਂ ਬਟਾਲੇ ਤੋਂ। ਬਟਾਲੇ ਤੋਂ? ਹਾਂਜੀ। ਬਾਬਾ ਕਿੱਦਾਂ ਲੱਗਦਾ ਵੈਸੇ, ਇੰਨਾ ਮਾੜਾ ਕੰਮ ਹੋ ਗਿਆ? ਬਹੁਤ ਮਾੜਾ ਕੰਮ ਹੋਇਆ ਜੀ, ਇਹਨਾਂ ਨੂੰ ਆਪ ਚਾਹੀਦਾ ਕਿ ਸਫਾਈ ਕਰਾਉਣੀ ਚਾਹੀਦੀ ਹੈ, ਕਿ ਜੋ ਵੀ ਇੱਥੋਂ ਦੀ ਕਮੇਟੀ ਹੈ ਪ੍ਰਬੰਧਕ ਆ ਉਹਨਾਂ ਨੂੰ ਆਪ ਵੇਖਣਾ ਚਾਹੀਦਾ, ਪ੍ਰਬੰਧ ਚਲਾਉਣਾ ਚਾਹੀਦਾ। ਇਹ ਪ੍ਰਬੰਧ ਚਲਾਉਂਦੇ ਨਹੀਂ ਆ, ਇਹ ਆਪਣੇ ਗੋਲਕਾਂ ਜੇਬਾਂ ਭਰਦੇ ਆ, ਅਤੇ ਆਪ ਇਹਨਾਂ ਨੂੰ ਚਾਹੀਦਾ ਪ੍ਰਬੰਧ ਚਲਾਉਣਾ, ਇੱਥੇ ਸੇਵਾਦਾਰ ਲਾਉਣੇ ਚਾਹੀਦੇ ਆਪਣੇ ਕਿ ਪਾਣੀ ਜਿੰਨਾ ਵੀ ਆ ਪਾਣੀ ਬਦਲੀ ਕਰਾਉਣਾ ਚਾਹੀਦਾ, ਨਵਾਂ ਪਾਣੀ ਇਹਦੀ ਸਰੋਵਰ ਦੀ ਸਫਾਈ ਕਰਾਉਣੀ ਚਾਹੀਦੀ ਆ। ਹਾਂਜੀ, ਸਰੋਵਰ ਦੀ ਸਫਾਈ ਜਿੰਨੀ ਵਧੀਆ ਹੋਏਗੀ ਉਨਾ ਪਾਣੀ ਚਮਕੇਗਾ। ਹਾਂਜੀ ਭਾਈ, ਬਹੁਤ ਵਧੀਆ ਜੀ। ਇਸ ਟਾਈਮ ਸਾਡੇ ਨਾਲ ਇੱਥੇ ਸੇਵਾਦਾਰ ਵੀ ਮੌਜੂਦ ਨੇ, ਸੇਵਾਦਾਰਾਂ ਨਾਲ ਗੱਲ ਕਰਦੇ, ਸਫਾਈ ਕਰਦੇ ਪਏ ਨੇ। ਭਾਈ ਪਾਣੀ ਦੇ ਵਿੱਚ ਮੱਛੀਆਂ ਮਰ ਗਈਆਂ, ਬਹੁਤ ਜ਼ਿਆਦਾ ਨੁਕਸਾਨ ਵੀ ਹੋਇਆ, ਨਾਲ ਦੀ ਨਾਲ ਜਿਹੜਾ ਆ
ਬਹੁਤ ਸਾਰੀਆਂ ਸੰਗਤਾਂ ਵੀ ਆਹ ਧੋਈਆਂ ਹੋਣਗੀਆਂ ਜਿਹੜੀਆਂ ਇਸਨਾਨ ਨਹੀਂ ਕਰ ਪਾਈਆਂ ਇਸ ਵਜ੍ਹਾ ਕਰਕੇ, ਕੀ ਲੱਗਦਾ ਕਿਵੇਂ ਦੇਖਦੇ ਜੀ? ਸਰ ਕਾਫੀ ਸਾਰੀ ਜਿਹੜੀ ਵੀ ਟੀਮ ਇੱਥੇ ਆਈਆਂ ਨੇ ਉਹਨਾਂ ਨੇ ਤਾਂ ਇਹੀ ਨਿਚੋੜ ਕੱਢਿਆ ਹੈਗਾ ਕਿ ਜੋ ਵੀ ਥੋੜ੍ਹਾ 4-5 ਦਿਨ ਪਹਿਲਾਂ ਗਰਮੀ ਦਾ ਮਾਹੌਲ ਹੈਗਾ ਸੀ, ਉਸ ਤੋਂ ਬਾਅਦ ਜਦ ਕਿ ਹੁਣ ਤੁਹਾਨੂੰ ਪਤਾ 3-4 ਦਿਨ ਪਿੱਛੇ ਜਿਹੜੀ ਠੰਡ ਹੈਗੀ ਹੈ ਕਿ ਮੌਸਮ ਜਿਹੜਾ ਚੇਂਜ ਹੋਇਆ ਹੈ ਨਾ ਉਹਦੇ ਕਰਕੇ ਜਿਹੜਾ ਮਤਲਬ ਕਿ ਮੱਛੀਆਂ ਜਿਹੜੀਆਂ ਹੈਗੀਆਂ ਨੇ ਉਹਨਾਂ ਨੂੰ ਪ੍ਰੋਪਰ ਆਕਸੀਜਨ ਨਹੀਂ ਮਿਲੀ ਹੈਗੀ, ਉਹਦੇ ਕਰਕੇ ਮੱਛੀਆਂ ਮਰੀਆਂ ਨੇ। ਬਾਕੀ ਇਸ਼ਨਾਨ ਕੱਲ੍ਹ ਵੀ ਹੋ ਰਿਹਾ ਸੀ, ਅੱਜ ਵੀ ਕਰਦੇ ਪਏ ਨੇ ਸਾਰੇ। ਸਰ ਆਕਸੀਜਨ ਨਾ ਮਿਲਣ ਦਾ ਕਾਰਨ ਗਰਮੀ ਜਾਂ ਪਾਣੀ ਜ਼ਿਆਦਾ ਗੰਦਾ ਹੋਣਾ, ਗਾਰ ਜ਼ਿਆਦਾ ਇਕੱਠੀ ਹੋ ਜਾਣੀ, ਮੱਛੀਆਂ ਦਾ ਫਸੇ ਰਹਿਣਾ, ਇਸ ਤਰ੍ਹਾਂ ਦਾ ਮਾਹੌਲ ਨਹੀਂ ਹੋ ਸਕਦਾ? ਸਰ ਵੇਖੋ ਹੁਣ ਜਿਹੜੀਆਂ ਵੀ ਟੀਮ ਆਈ ਨੇ ਉਹਨਾਂ ਨੇ ਤਾਂ ਜਿਹੜਾ ਮੇਨ ਮੁੱਦਾ ਹੈਗਾ ਉਹ ਇਹੀ ਕੱਢਿਆ ਹੈਗਾ ਕਿ ਜਿਹੜੀ ਮਤਲਬ ਆਕਸੀਜਨ ਦੀ ਥੋੜ੍ਹੀ ਕਮੀ ਕਰਕੇ ਅਤੇ ਮੌਸਮ ਚੇਂਜ ਹੋਇਆ ਉਹਦੇ ਕਰਕੇ। ਬਾਕੀ ਪ੍ਰੋਪਰ ਸਰ ਜਿਹੜੀਆਂ ਟੀਮ ਸਰਚ ਕਰਨ ਆਈਆਂ ਉਹੀ ਦੱਸ ਸਕਦੀਆਂ ਨੇ। ਚਲੋ ਸਰ, ਟੀਮਾਂ ਨੇ ਜੋ ਵੀ ਕਿਹਾ, ਕਈ ਸਾਲਾਂ ਤੋਂ ਮੌਸਮ ਬਦਲਦੇ ਨੇ, ਗਰਮੀ ਬਹੁਤ ਜ਼ਿਆਦਾ ਪੈਂਦੀ ਹੈ, ਪਰ ਗਰਮੀ ਦਾ ਜਿਹੜਾ ਆ ਇੱਕ ਗੱਲ ਕਹਿ ਦੇਣੀ ਥੋੜ੍ਹੀ ਆਊਟ ਜੀ ਲੱਗਦੀ ਹੈ ਨਾ। ਨਹੀਂ ਠੀਕ ਹੈ ਸਰ, ਬਾਕੀ ਹੋ ਸਕਦਾ, ਦੇਖੋ ਪ੍ਰੋਪਰ ਤੁਹਾਨੂੰ ਪਤਾ ਹੈ ਇਹਦੇ ਆਲੇ ਦੁਆਲੇ ਕੈਮਰੇ ਤਾਂ ਲੱਗੇ ਨਹੀਂ ਹੈਗੇ, ਠੀਕ ਹੈ ਨਾ, ਕਿ ਜਿਹਦਾ ਆਪਾਂ 2 ਦਿਨ ਦੇ ਪਿੱਛੇ CCTV ਫੁਟੇਜ ਚੈੱਕ ਵੀ ਕਰ ਲਈਏ ਕਿ ਮਤਲਬ ਕਿ ਕੋਈ ਆਇਆ ਸੀ ਜਾਂ ਕਿਸੇ ਨੇ ਕੈਮੀਕਲ ਪਾਇਆ, ਕਿਉਂਕਿ ਆਪਣੇ ਕੋਲ ਉਹ ਵੀ ਪ੍ਰੋਪਰ ਸਬੂਤ ਨਹੀਂ ਨਾ ਹੈਗਾ ਕਿ ਕਿਸੇ ਨੇ CCTV ਦੇ ਵਿੱਚ ਆਪਾਂ ਚੈੱਕ ਕਰ ਲਈਏ ਕਿ ਕੋਈ ਕੈਮੀਕਲ ਵਗੈਰਾ ਦੇ ਵਿੱਚ ਕੁਛ ਪਾ ਕੇ ਗਿਆ ਜਾਂ ਕੁਛ ਵੀ ਹੈਗਾ, ਕਿਉਂਕਿ ਆਪਾਂ ਤਾਂ ਪਿਛਲੇ 2 ਦਿਨ ਤੋਂ ਸੇਵਾ ਕਰ ਰਹੇ ਹਾਂ, ਸਾਨੂੰ ਪ੍ਰੋਪਰ ਇਹੋ ਜਿਹੀ ਕੋਈ ਚੀਜ਼ ਦਿਖੀ ਨਹੀਂ ਹੈਗੀ। ਮੇਰੇ ਹਿਸਾਬ ਨਾਲ ਤਾਂ ਕੀ ਕਰਨਾ ਚਾਹੀਦਾ, ਜਿੰਨੀਆਂ ਵੀ ਆਪਣੇ ਆਲੇ ਦੁਆਲੇ ਇਸ਼ਨਾਨ ਘਰ ਹੈਗੇ ਨੇ ਇੱਥੇ ਸਾਰੀ ਜਗ੍ਹਾ 'ਤੇ CCTV ਕੈਮਰੇ ਵੀ ਲਗਾਉਣੇ ਚਾਹੀਦੇ ਹੈਗੇ ਨੇ, ਤਾਂ ਕਿ ਅੱਗੇ ਤੋਂ ਇਹੋ ਜਿਹੀ ਕੋਈ ਚੀਜ਼ ਹੋਵੇ ਤਾਂ ਬੰਦਾ ਪਿਛਲੇ 2-3 ਦਿਨ ਦੀ ਫੁਟੇਜ ਜਿਹੜੀ ਹੈਗੀ ਹੈ ਉਹ ਚੈੱਕ ਕਰ ਸਕੇ। ਜਿਵੇਂ ਕਿ ਪਿਛਲੇ ਸਾਲਾਂ ਦੇ ਨਾਲੋਂ ਇਸ ਵਾਰੀ ਇਸ਼ਨਾਨ ਬਹੁਤ ਘੱਟ ਲੋਕ ਕਰਦੇ ਪਏ ਆ, ਕਿੰਨਾ ਕੁ ਘਾਟਾ ਪਿਆ ਇਸ ਚੀਜ਼ ਦਾ? ਸਰ ਕਾਫੀ ਲੋਕਾਂ ਨੇ ਘੱਟ ਕੀਤਾ ਹੈਗਾ, ਕੁਛ ਲੋਕ ਹੈਗੇ ਨੇ ਜਿਹੜੇ ਬੱਚਿਆਂ ਨੂੰ ਇਸ਼ਨਾਨ ਨਹੀਂ ਕਰਾਉਂਦੇ ਸੀ ਕਿ ਅਜੇ ਤੱਕ ਉਹਨਾਂ ਨੂੰ ਪ੍ਰੋਪਰ ਪਤਾ ਨਹੀਂ ਲੱਗਾ ਕਿ ਰੀਜ਼ਨ ਕੀ ਹੈਗਾ, ਇਸ ਤੋਂ ਚੰਗਾ ਉਹ ਥੋੜ੍ਹਾ ਬਹੁਤ ਛਿੜਕਾਵ ਕਰਕੇ 5 ਇਸ਼ਨਾਨਾਂ ਕਰਕੇ ਜਾ ਰਹੇ ਸੀ, ਪ੍ਰੋਪਰ ਇਸ਼ਨਾਨ ਨਹੀਂ ਕੀਤਾ ਹੈਗਾ ਉਹਨਾਂ ਨੇ ਵੀ। ਹਾਂਜੀ ਥੋੜ੍ਹਾ ਹਲਕਾ ਫੁਲਕਾ ਇਹ ਰੀਜ਼ਨ ਜ਼ਰੂਰ ਰਿਹਾ ਹੈਗਾ। ਦੋਸਤੋ ਲਗਾਤਾਰ ਜਿਹੜਾ ਆ ਅਸੀਂ ਪਬਲਿਕ ਦੇ ਵਿਚਾਰ ਜਿਹੜੇ ਆ ਇੱਥੇ ਲੈਂਦੇ ਪਏ, ਸਾਡੇ ਨਾਲ ਨੌਜਵਾਨ ਪੀੜ੍ਹੀ ਵੀ ਜੁੜੀ ਹੈ, ਗੱਲਬਾਤ ਕਰ ਲੈਂਦੇ ਹਾਂ ਕਿ ਕਹਿਣਾ ਚਾਹੁੰਦੇ, ਕੀ ਕਹਿਣਾ ਚਾਹੁੰਦੇ? ਹਾਂਜੀ ਸਤਿ ਸ਼੍ਰੀ ਅਕਾਲ ਜੀ, ਮੈਂ ਦੇਖਿਆ ਕਿ ਜੋ ਪ੍ਰਬੰਧ ਹੋਇਆ ਇਹ ਬਹੁਤ ਮਾੜੀ ਘਟਨਾ ਹੋਈ ਆ, ਪਤਾ ਨਹੀਂ ਲੱਗਾ ਕਿੱਦਾਂ ਇਹ ਕੀ ਚੱਕਰ ਬਣ ਗਿਆ। ਕੱਲ੍ਹ ਵੀ ਅਸੀਂ ਇਸ਼ਨਾਨ ਕੀਤਾ, ਬੜੀ ਮੁਸ਼ਕਲ ਇਸ਼ਨਾਨ ਕੀਤਾ ਗਿਆ, ਅਤੇ ਹੁਣ ਵੀ ਮੈਂ ਅੱਜ ਦੇਖਿਆ ਵਾ, ਮੈਨੂੰ ਬੜਾ ਮਨ ਨੂੰ ਠੇਸ ਲੱਗੀ ਆ ਕਿ ਮੈਨੇਜਮੈਂਟ ਵੱਲੋਂ ਇੱਕ ਬੇੜੀ ਤੱਕ ਦਾ ਵਿੱਚ ਪ੍ਰਬੰਧ ਨਹੀਂ ਆ, 2 ਬੰਦਿਆਂ ਨੂੰ ਵੱਖਰਾ ਜਾਣਾ ਪੈਣ ਡਿਆ ਵਾ, 2 ਨੂੰ ਵੱਖਰਾ ਜਾਣਾ ਪੈਣ ਡਿਆ ਵਾ, ਇਸ ਕਰਕੇ ਸਫਾਈ ਦਾ ਅੱਧਾ ਅਭਿਆਨ ਤਾਂ ਇੱਥੇ ਹੀ ਬੜਾ ਨੁਕਸਾਨਿਆ ਜਾ ਰਿਹਾ, ਅਤੇ ਮੈਨੇਜਮੈਂਟ ਨੂੰ ਇਸ ਵੱਲ ਪਹਿਲਾਂ ਧਿਆਨ ਦੇਣਾ ਚਾਹੀਦਾ ਕਿ ਇੱਕ ਤੋਂ ਲਾਈਫ ਜੈਕਟ ਵਗੈਰਾ ਸਾਰਾ ਪੁਖਤਾ ਪ੍ਰਬੰਧ ਹੋਣਾ ਚਾਹੀਦਾ ਕਿਸ਼ਤੀਆਂ 'ਤੇ। ਹੁਣ ਬੇੜੀ ਬਹੁਤ ਜ਼ਰੂਰੀ ਆ, ਕਿਉਂਕਿ ਉਹ ਵੇਖੋ 2 ਤਾਂ ਤੁਹਾਡੇ ਸਾਹਮਣੇ ਹੀ ਨੇ, ਇਕੱਲੇ ਬੰਦੇ ਨੂੰ ਜਾ ਕੇ ਇਕੱਲਾ ਬੰਦਾ ਕਿਹੜੇ ਐਡੇ ਵੱਡੇ ਸਰੋਵਰ 'ਚੋਂ ਕਿੱਦਾਂ ਮੱਛੀ ਫੜੇਗਾ, ਅਤੇ 2 ਦਿਨ ਤਾਂ ਕੱਲ੍ਹ ਇਹਨਾਂ ਨੂੰ ਇਸੇ ਚੱਕਰ 'ਚ ਹੋ ਗਿਆ ਅਤੇ ਅਜੇ ਵੀ ਪੂਰੀ ਸਾਫ਼ ਸਫਾਈ ਨਹੀਂ ਹੋਈ, ਅਤੇ ਮੈਂ ਇਹੋ ਮੈਨੇਜਮੈਂਟ ਅੱਗੇ ਧਿਆਨ ਰੱਖਣਾ, ਉਹਨਾਂ ਦੇ ਧਿਆਨ ਦੇਣਾ ਚਾਹੁੰਦਾ ਕਿ ਸਭ ਤੋਂ ਪਹਿਲਾਂ ਇੱਕ ਬੇੜੀ ਦਾ ਜਾਂ ਸਟੀਮ ਬੋਰਡ ਦਾ ਪ੍ਰਬੰਧ ਕੀਤਾ ਜਾਏ, ਤਾਂ ਕਿ ਇੱਕ ਸਰੋਵਰ ਨੂੰ 1-1.5 ਘੰਟੇ ਦੇ ਅੰਦਰ ਕਵਰ ਕਰਨਾ ਸੌਖਾ ਹੈ, ਅਤੇ ਜੋ ਉੱਪਰ ਫਿਰ ਜੋ ਵੀ ਅੱਗੇ ਵੇਖੋ ਜਾਂ ਮੱਛੀਆਂ ਦੀ ਪੋਸਟਮਾਰਟਮ ਕਰਾਈ ਜਾਏ, ਸਭ ਕੁਝ ਪਤਾ ਲੱਗੇ ਵੀ ਕੀ ਚੱਕਰ ਆ, ਕੋਈ ਜ਼ਹਿਰੀਲੀ ਦਵਾਈ ਦਿੱਤੀ ਗਈ ਹੈ ਜਾਂ ਕੋਈ ਤਾਰ ਥੱਲੇ ਵਿੱਚ ਡਿੱਗਣ ਨਾਲ ਪਤਾ ਲੱਗਾ, ਅਤੇ ਚਲੋ ਫਿਰ ਜੋ ਅੱਗੋ ਮਹਾਰਾਜ ਦੇ ਹੋਇਆ ਤਾਂ ਉਹਨਾਂ ਦੇ ਹੁਕਮ ਨਾਲ ਹੀ ਆ, ਪਰ ਚਲੋ ਹੋਣਾ ਨਹੀਂ ਚਾਹੀਦਾ, ਇਹ ਬੜਾ ਮੰਦਭੰਗੀ ਘਟਨਾ। ਦੋਸਤੋ ਜਿਵੇਂ ਕਿ ਵਿਚਾਰ ਲੋਕਾਂ ਦੇ ਆਪਾਂ ਸੁਣਦੇ ਪਏ ਹਾਂ, ਜਿਹੜੀ ਪ੍ਰਬੰਧਕ ਕਮੇਟੀ ਉਹਨਾਂ ਨੂੰ ਇਹਨਾਂ ਚੀਜ਼ਾਂ ਦਾ ਜਿਹੜਾ ਖਿਆਲ ਰੱਖਣਾ ਚਾਹੀਦਾ ਆ ਕਿ ਇਹਦੇ ਵਿੱਚ ਜਿਹੜੀ ਇੱਕ ਬੇੜੀ ਦੀ ਡਿਮਾਂਡ ਕੀਤੀ ਗਈ ਵੀ ਉਹ ਹੋਣੀ ਚਾਹੀਦੀ, ਜਿਹਦੇ ਨਾਲ ਪੁਖਤਾ ਤਰੀਕੇ ਦੇ ਨਾਲ ਜਿਹੜੀ ਇਹ ਸਫਾਈ ਹੋ ਸਕੇ। ਅਚਲੇਸ਼ਵਰ ਧਾਮ ਤੋਂ ਤੁਹਾਨੂੰ ਜਿਹੜੀਆਂ ਤਸਵੀਰਾਂ ਅਸੀਂ ਦਿਖਾਈਆਂ ਨੇ, ਸੰਗਤਾਂ ਦੇ ਨਾਲ ਗੱਲਬਾਤ ਕੀਤੀ ਹੈ, ਨਾਲ ਦੀ ਨਾਲ ਅਸੀਂ ਸੇਵਾਦਾਰਾਂ ਦੇ ਨਾਲ ਵੀ ਗੱਲਬਾਤ ਕੀਤੀ ਹੈ ਕਿ ਮੱਸੀਆਂ ਮਾਰਨ ਦੇ ਕਾਰਨ ਜਿਹੜੇ ਤੁਹਾਨੂੰ ਦੱਸਿਆ ਕਿ ਬਹੁਤ ਜ਼ਿਆਦਾ ਜਿਹੜੇ ਆ ਸਾਹਮਣੇ ਆ ਰਹੇ ਨੇ, ਪਰ ਪੁਖਤਾ ਕਾਰਨ ਅਜੇ ਵੀ ਜਿਹੜਾ ਆ ਉਹ ਸਾਹਮਣੇ
ਨਹੀਂ ਆਇਆ, ਪਰ ਕਿਤੇ ਨਾ ਕਿਤੇ ਸੰਗਤਾਂ ਆਹਤ ਹੋਈਆਂ ਨੇ। ਸੰਗਤਾਂ ਦੇ ਵਿੱਚ ਜਿਹੜਾ ਇਹ ਰੋਸ ਆ ਕਿ ਇਸ ਵਾਰ ਅਸੀਂ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰ ਨੂੰ ਅਚਲੇਸ਼ਵਰ ਧਾਮ ਆ ਕੇ ਜਿਹੜਾ ਆ ਇਸ਼ਨਾਨ ਨਹੀਂ ਕਰ ਪਾਏ ਜਾਂ ਨਹੀਂ ਕਰਾ ਪਾਏ। ਇਹ ਬਹੁਤ ਹੀ ਵੱਡਾ ਘਾਟਾ ਜਿਹੜਾ ਆ ਸਾਡੇ ਤੀਰਥ ਦੇ ਉੱਤੇ, ਸਾਡੇ ਇਸ ਜਗ੍ਹਾ ਦੇ ਉੱਤੇ ਪਿਆ ਆ। ਇਹ ਚੀਜ਼ ਦਾ ਜਿਹੜਾ ਆ ਧਿਆਨ ਰੱਖਣਾ ਚਾਹੀਦਾ ਆ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਦਾ ਕੋਈ ਵੀ ਜਿਹੜਾ ਆ ਉਹ ਘਾਟਾ ਨਾ ਪਵੇ। ਤੁਸੀਂ ਦੇਖਦੇ ਪਏ ਮੇਰੇ ਨਾਲ DPC ਪੰਜਾਬੀ ਮੈਂ ਤੁਹਾਡਾ ਆਪਣਾ ਧਰਮ ਜੀ DP, ਧੰਨਵਾਦ।